ਆਪਣੀ ਸ਼ਰਾਬ ਪੀਣ ਦੀ ਲੱਤ ਨਾਲ ਬਦਨਾਮ ਹੋਣ ਵਾਲੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਬਰਨਾਲਾ ਰੈਲੀ ਵਿੱਚ ਪ੍ਰਣ ਕੀ ਕੀਤਾ। ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਸੁਖਪਾਲ ਸਿੰਘ ਖਹਿਰਾ ਨੇ ਨਿਸ਼ਾਨੇ 'ਤੇ ਲਿਆ। ਖਹਿਰਾ ਮੁਤਾਬਕ ਭਗਵੰਤ ਮਾਨ ਨੇ ਇਹ ਕਬੂਲ ਕਰ ਹੀ ਲਿਆ ਕਿ ਉਹ ਸ਼ਰਾਬ ਪੀਂਦੇ ਸਨ, ਨਾਲ ਹੀ ਉਹਨਾਂ ਭਗਵੰਤ ਮਾਨ ਦੇ ਪ੍ਰਣ 'ਤੇ ਵੀ ਸਵਾਲ ਉਠਾਏ ਨੇ। ਇੱਥੇ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੇ ਉੱਪਰ ਇੱਕ ਵਾਰ ਫਿਰ ਤੋਂ ਦੋਹਰੇ ਰਵੱਈਏ ਰੱਖਣ ਦੇ ਇਲਜ਼ਾਮ ਲਾਏ ਨੇ ਅਤੇ ਅਰਵਿੰਦ ਕੇਜਰੀਵਾਲ ਨੂੰ ਖਹਿਰਾ ਨੇ ਧਾੜਵੀ ਕਰਾਰ ਦੇ ਦਿੱਤਾ ਹੈ। ਉਹੀ ਗੁਟਕਾ ਸਾਹਿਬ ਵਾਲੀ ਪੋਲੀਟਿਕਸ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਬੂਤ ਦਿੱਤਾ ਵਾ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੀ ਮਦਰ ਨੂੰ ਨਾਲ ਖੜਾਉਣਾ ਪਿਆ, ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਪੰਜਾਬ ਦੇ ਲੋਕ ਮੇਰੀ ਜ਼ੁਬਾਨ 'ਤੇ ਭਰੋਸਾ ਨਹੀਂ ਕਰਨਗੇ। ਔਰ ਨਾਲ ਇੱਥੇ ਗੱਲ ਇਹ ਵੀ ਆਉਂਦੀ ਆ ਕਿ ਅਖੀਰ ਮੰਨ ਲਿਆ ਕਿ ਹਾਂ ਮੈਂ ਸ਼ਰਾਬ ਪੀਂਦਾ ਸੀ, ਸ਼ਰਾਬ ਮੇਰਾ ਇੱਕ ਵੱਡਾ ਨੁਕਸ ਸੀਗਾ। ਦਿੱਲੀ ਦੇ ਕੰਮਾਂ ਦੇ ਪੰਜਾਬ ਦੇ ਉੱਤੇ ਕੀ ਅਸਰ ਹੈ? ਕੇਜਰੀਵਾਲ ਸਾਹਿਬ ਇਹ ਦੱਸਣ ਕਿ ਪੰਜਾਬ ਦੇ ਪਾਣੀਆਂ 'ਤੇ ਤੁਹਾਡਾ ਸਟੈਂਡ ਕੀ ਹੈ, ਪੰਜਾਬ ਦੇ ਡਰੱਗਸ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ? ਤੁਸੀਂ ਹਰਿਆਣੇ ਵਿੱਚ ਜਾਂਦੇ ਤਾਂ ਹਰਿਆਣੇ ਦਾ ਪੱਖ ਪੂਰਦੇ ਆ, ਪੰਜਾਬ ਦੇ ਪਾਣੀਆਂ ਦੀ ਗੱਲ ਦਿੱਲੀ ਜਾਂਦੇ ਹੋ ਤਾਂ ਦਿੱਲੀ ਦਾ ਪੱਖ ਪੂਰਦੇ ਹੋ। ਤੁਸੀਂ ਇੱਕ ਵੱਡੇ ਡਰੱਗ ਲਾਰਡ ਮਿਨਿਸਟਰ ਤੋਂ ਮਾਫ਼ੀ ਮੰਗ ਕੇ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਖਤਰੇ 'ਚ ਪਾਤਾ, ਜਿਹਨਾਂ ਤੋਂ ਤੁਸੀਂ ਬੋਰਡ ਲਗਵਾਏ ਸੀਗੇ ਕਿ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਕਹਿਤਾ ਹੂੰ ਕਿ ਬਿਕਰਮ ਮਜੀਠੀਆ ਨਸ਼ੇ ਕਾ ਤਸਕਰ ਹੈ, ਅਤੇ ਆਪ ਪਿੱਛੋਂ ਪਿੱਠ ਦਿਖਾ ਕੇ ਭੱਜ ਗਏ ਤੁਸੀਂ। ਇਸ ਲਈ ਦਿੱਲੀ ਦੇ ਕੰਮਾਂ ਦੇ ਪੰਜਾਬ ਦੇ ਉੱਤੇ ਕੋਈ ਅਸਰ ਨਹੀਂ। ਪੰਜਾਬ ਦੀ ਲੜਾਈ ਅਲੱਗ ਆ, ਪੰਜਾਬ ਦੇ ਮੁੱਦੇ ਅਲੱਗ ਨੇ, ਪੰਜਾਬ ਦੀ ਜ਼ੁਬਾਨ ਅਲੱਗ ਆ, ਪੰਜਾਬ ਦੇ ਲੋਕਾਂ ਨੂੰ ਪੂਰਾ ਅਧਿਕਾਰ ਹੈ ਪੰਜਾਬੀ ਖੁਦ ਆਪਣੀ ਤਕਦੀਰ ਦਾ ਫੈਸਲਾ ਕਰਨ। ਸਾਨੂੰ ਧਾੜਵੀਆਂ ਦੀ ਅਤੇ ਜਿਹੜੇ ਬਾਹਰੋਂ ਆਣ ਕੇ ਲੁੱਟਦੇ ਨੇ ਅਤੇ ਸਾਡੇ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ, ਉਹਨਾਂ ਦੀ ਕੋਈ ਲੋੜ ਨਹੀਂ ਗੀ। ਸੀਟਾਂ ਦਾ ਹਰ ਥਾਂ ਅਨਾਊਂਸ ਕਰਨਗੇ, ਜਮਾਨਤਾਂ ਲਈ ਵੀ ਤਿਆਰ ਰਹਿ ਜਾਣ, ਜਮਾਨਤਾਂ ਜ਼ਬਤ ਹੋਣੀਆਂ। ਸਾਰੀ ਸਟੇਟ ਦੇ ਵਿੱਚੋਂ ਇੰਨੇ ਕੁ ਬੰਦੇ ਲਿਆਉਣੇ ਕਿਸੇ ਪਾਰਟੀ ਵਾਸਤੇ ਕੋਈ ਸੌਖੇ ਨਹੀਂ ਗੇ, ਲੇਕਿਨ ਕੇਜਰੀਵਾਲ ਨੂੰ ਇਹ ਤਾਂ ਮਹਿਸੂਸ ਹੁੰਦਾ ਹੋਊਗਾ ਕਿ ਆਪ ਮੁਹਾਰੇ ਜਦੋਂ ਲੱਖਾਂ ਲੋਕ ਆਉਂਦੇ ਸੀ ਮਾਘੀ ਦੇ ਮੇਲੇ 'ਤੇ ਜਾਂ ਲੋਕ ਸਭਾ 2014 'ਚ, ਉਹਨਾਂ ਨੂੰ ਅੰਦਰੋਂ ਅੰਦਰ ਹੀ ਪਤਾ ਕਿ ਸਾਰਾ ਫਲੋਪ ਸ਼ੋ ਹੋ ਚੁੱਕਾ ਵਾ।